ਬਿਲਕੁਲ ਸਾਫ਼ ਜੀ ਗੱਲ ਹੈ, ਅਸੀਂ ਤਾਂ ਉਸੇ ਦਿਨ ਤੋਂ ਹੀ ਕਹਿ ਰਹੇ ਹਾਂ ਜਿਸ ਦਿਨ ਦਾ ਇਹ ਘਿਨਾਉਣੀ ਵਾਰਦਾਤ ਹੋਈ ਹੈ, ਬਟ ਸਰਕਾਰ ਨਹੀਂ ਮੰਨ ਰਹੀ ਸੀ ਹੁਣ ਤੱਕ। ਔਰ ਮੈਂ ਇਸ ਗੱਲ ਦੇ ਉੱਤੇ ਬੜਾ, ਮੈਨੂੰ ਅੱਜ ਸਕੂਨ ਜਿਹਾ ਵੀ ਮਿਲਿਆ ਵੀ ਘੱਟੋ ਘੱਟ ਸਰਕਾਰ ਨੇ ਆਪਣਾ ਸੱਚ ਤੱਕ ਬੋਲਿਆ। ਅੱਜ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਉਹਨਾਂ ਨੇ ਹਲਫ਼ਨਾਮਾ ਦੇ ਕੇ ਇਸ ਗੱਲ ਨੂੰ ਮੰਨਿਆ ਵੀ ਸਿੱਧੂ ਮੂਸੇਆ ਦੀ ਸਿਕਿਉਰਿਟੀ ਘਟਾਈ ਗਈ ਤਾਂ ਉਹਦਾ 24 ਘੰਟਿਆਂ ਦੇ ਵਿੱਚ ਮਰਡਰ ਹੋ ਗਿਆ। ਤਾਂ ਇਹ ਤਾਂ ਮਤਲਬ ਇਹੀ ਨਿਕਲਦਾ ਵੀ ਗਲਤੀ ਸਰਕਾਰ ਦੀ ਸੀ ਜਾਂ ਸਰਕਾਰ ਦੇ ਮੀਡੀਆ ਐਡਵਾਈਜ਼ਰ ਦੀ ਸੀ, ਕਿਸੇ ਦੀ ਤਾਂ ਗਲਤੀ ਸੀ ਜੋ ਐਡਾ ਵੱਡਾ ਅਪਰਾਧ ਹੋਇਆ। ਤਾਂ ਸਰਕਾਰ ਨੂੰ ਚਾਹੀਦਾ ਹੁਣ ਬਣਦੀ ਹੋਈ ਕਾਰਵਾਈ, FIR ਕੱਟੇ ਜਿਸ ਅਧਿਕਾਰੀ ਦੀ ਵੀ ਗਲਤੀ ਸੀ ਜਿਹਨੇ ਬਦਮਾਸ਼ਾਂ ਦੀ ਮਦਦ ਕੀਤੀ ਸਿਕਿਉਰਿਟੀ ਨੂੰ ਅਨਾਊਂਸ ਕਰਕੇ। ਅਗਰ ਹੁਣ ਤਾਂ ਸਾਹਮਣੇ ਆ ਗਈਆਂ ਸਾਰੀਆਂ ਗੱਲਾਂ, ਚੋਣਾਂ ਦਾ ਵੀ ਪ੍ਰਚਾਰ ਚੱਲ ਰਿਹਾ, ਅਤੇ ਕੀ ਕਹਿਣਾ ਚਾਹੋਗੇ ਲੋਕਾਂ ਨੂੰ, ਕੀ ਦੱਸੋਗੇ? ਦੇਖੋ ਜੀ, ਸਰਕਾਰ ਤਾਂ ਮੈਨੂੰ ਦੋ ਸਾਲ ਤੋਂ ਹੀ ਲਗਭਗ 24 ਮਹੀਨੇ ਹੋ ਗਏ ਨੇ ਇਗਨੋਰ ਕਰ ਰਹੀ ਹੈ, ਪਰੰਤੂ ਲੋਕਾਂ ਕੋਲ ਮੇਰਾ ਜਾਣਾ ਧਰਮ ਹੈ, ਕਿਉਂਕਿ ਮੈਂ ਉਹਨਾਂ ਤੋਂ ਉਮੀਦ ਕਰਦਾ, ਹੋਰ ਕੋਈ ਟਿਕਾਣਾ ਬਚਿਆ ਹੀ ਨਹੀਂ। ਮੈਂ ਸਾਰੇ ਆਗੂਆਂ ਕੋਲ ਵੀ ਜਾਇਆ, ਵੱਖ ਵੱਖ ਪਾਰਟੀਆਂ ਦੇ ਜਿਹੜੇ ਹੈੱਡ ਨੇ ਉਹਨਾਂ ਕੋਲ ਵੀ ਜਾਇਆ ਹੈ, ਪਰੰਤੂ ਸਾਰਿਆਂ ਦੇ ਇਲਾਵਾ ਕਿਸੇ ਲਾਰੇ ਤੋਂ ਕੁਛ ਨਹੀਂ ਕੀਤਾ। ਪਰੰਤੂ ਲੋਕਾਂ ਅੱਗੇ ਆਪਣੀ ਗੱਲ ਰੱਖਣੀ ਮੇਰਾ ਅਧਿਕਾਰ ਖੇਤਰ ਹੈ, ਉਹਨਾਂ ਕੋਲ ਮੈਂ ਜਾਊਂਗਾ, ਅਪੀਲ ਕਰੂੰਗਾ, ਸ਼ਾਇਦ ਲੋਕ ਮੇਰੀ ਮੰਨ ਕੇ ਇਹਨਾਂ ਲੋਕਾਂ ਨੂੰ ਨਕਾਰ ਦੇਣ ਤਾਂ ਚੰਗੀ ਗੱਲ ਹੈ। ਇੱਕ ਪਾਸੇ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਵੀ ਸਰਕਾਰ ਮਤਲਬ ਜੇ ਸਿਕਿਉਰਿਟੀ ਲੀਕ ਹੋਈ, ਤਾਂ ਦੂਸਰੇ ਪਾਸੇ ਗੈਂਗਸਟਰਾਂ ਦੀਆਂ ਇੰਟਰਵਿਊਆਂ ਚੈਨਲਾਂ 'ਤੇ ਲਗਾਤਾਰ ਚੱਲ ਰਹੀਆਂ, ਕਿਵੇਂ? ਬਿਲਕੁਲ ਬਿਲਕੁਲ ਜੀ, ਮੈਂ ਪਹਿਲਾਂ ਵੀ ਸਾਡੇ ਸਤਿਕਾਰਯੋਗ ਨੇ CM ਸਾਹਿਬ, 1.25 ਸਾਲ ਦੇ ਵਿੱਚ ਮਾਨ ਸਾਹਿਬ ਤੁਹਾਨੂੰ ਇਸ ਗੱਲ ਦਾ ਨਹੀਂ ਪਤਾ ਲੱਗਿਆ ਵੀ ਇੰਟਰਵਿਊ ਬਣੀ ਕਿੱਥੇ ਹੈ, ਜਦਕਿ ਮੈਂ ਪੀੜਿਤ ਵਿਅਕਤੀ ਹਾਂ। ਮੈਂ ਤੁਹਾਨੂੰ ਕਲੀਅਰ ਕੱਟ ਇਹ ਗੱਲ ਦੱਸ ਸਕਦਾ ਵੀ 7 ਅਤੇ 8 ਦੀ ਰਾਤ ਨੂੰ CM ਸਾਹਿਬ ਤੁਹਾਡੀ ਪੁਲਿਸ ਦੇ ਕਬਜ਼ੇ ਦੇ ਵਿੱਚ ਸੀ ਲਾਰੈਂਸ, ਔਰ ਜੇਲ੍ਹ ਤੋਂ ਬਾਹਰ ਸੀ, ਅਤੇ ਦੂਸਰੀ ਵੀਡੀਓ ਤੁਸੀਂ ਆਪ ਵੀ ਪਤਾ ਲਾ ਸਕਦੇ ਹੋ ਮੇਰੇ ਕੋਲ ਸੂਤਰਾਂ ਮੁਤਾਬਕ, ਤਾਂ ਮੈਂ ਤੁਹਾਨੂੰ ਦੂਸਰੀ ਵੀ ਦੱਸ ਦੂੰ ਜੇ ਮੇਰੀ ਗੱਲ 'ਤੇ ਯਕੀਨ ਕਰੋਗੇ ਤਾਂ। ਔਰ ਮੈਂ ਤੁਹਾਨੂੰ ਉਸ ਕਰਮਚਾਰੀ ਦਾ ਨਾਮ ਵੀ ਦੱਸ ਸਕਦਾ ਵੀ ਜਿਹੜਾ ਪੰਜਾਬ ਪੁਲਿਸ ਦੇ ਇੰਸਪੈਕਟਰ ਰੈਂਕ ਦਾ, ਜਿਹਨੇ ਸਾਰਾ ਮੈਨੇਜ ਕੀਤਾ ਇਹ ਸਿਸਟਮ ਨੂੰ, ਅਤੇ ਅੱਜ ਕੱਲ੍ਹ ਉਹ ਕਨੇਡਾ ਟੱਪ ਗਿਆ, ਕਿਉਂਕਿ ਉਹਨੂੰ ਪਤਾ ਸੀ ਵੀ ਜੇ ਕਿਤੇ ਕੋਈ ਗਾਜ ਡਿੱਗੀ ਤਾਂ ਉਹਦੇ 'ਚ ਮੇਰਾ ਨਾਮ ਆਊਗਾ। ਔਰ ਬੜੇ ਦੁੱਖ ਦੀ ਗੱਲ ਹੈ ਵੀ ਸਰਕਾਰ ਪਤਾ ਨਹੀਂ ਕਿਉਂ ਉਹਨੂੰ ਕੀ ਮਿਲਦਾ। ਤੁਸੀਂ ਇੱਕ ਪਾਸੇ ਗੱਲ ਕਰਦੇ ਹੋ ਵੀ ਇੱਥੇ ਬਾਹਰੋਂ ਆ ਕੇ ਨੌਕਰੀਆਂ ਕਰਨਗੇ, ਮਾਨ ਸਾਹਿਬ ਜੇ ਮੇਰੇ ਪੁੱਤ ਵਰਗੇ ਨੌਜਵਾਨ ਜਿਹੜੇ ਕਰੋੜਾਂ ਰੁਪਈਆ ਤੁਹਾਡੇ ਟੈਕਸ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਣ, ਕਰੋੜਾਂ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਹੋਣ ਅਤੇ ਉਹਨਾਂ ਨੂੰ ਇੱਕ ਆਪਣੇ ਕਿੱਤੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹੋਣ, ਸਿਰ 'ਤੇ ਪੱਗ ਦੀ ਤਾਈਦ ਕਰਦੇ ਹੋਣ, ਜੇ ਤੁਸੀਂ ਉਹੋ ਜਿਹੇ ਨੌਜਵਾਨ ਨੂੰ ਬਚਾ ਨਹੀਂ ਸਕੇ, ਚਲੋ ਬਚਾ ਤੁਸੀਂ ਨਹੀਂ ਸਕੇ, ਨਵੀਂ ਨਵੀਂ ਸਰਕਾਰ ਆਈ ਸੀ, ਚਾਹ ਸੀ, ਤੁਸੀਂ ਸ਼ੋਹਰਤ ਦੀ ਖਾਤਰ ਹੀ ਮੇਰਾ ਬੱਚਾ ਭੇਂਟ ਚੜ੍ਹਾਤਾ, ਪਰੰਤੂ ਤੁਸੀਂ ਹੁਣ ਉਹਦੇ ਜਸਟਿਸ ਵਿੱਚ ਯੋਗਦਾਨ ਤਾਂ ਪਾ ਹੀ ਸਕਦੇ ਹੋ, ਤਾਂ ਕਿਹੜੀਆਂ ਮਜਬੂਰੀਆਂ ਨੇ ਤੁਹਾਡੀਆਂ ਵੀ ਤੁਸੀਂ ਇੱਕ ਗੁੰਡਾ ਜੇਲ੍ਹ ਦੇ ਵਿੱਚ ਤੁਹਾਡੀ ਕਸਟਡੀ ਦੇ ਵਿੱਚ ਰਹਿ ਕੇ 2 ਵੀਡੀਓ ਪ੍ਰਸਾਰਿਤ ਕਰਦੇ, ਮਾਨਯੋਗ ਹਾਈ ਕੋਰਟ ਉਸ ਵੀਡੀਓ ਨੂੰ ਗੈਰ ਕਾਨੂੰਨੀ ਕਰਾਰ ਦੇ ਦੇ, ਔਰ ਤੁਸੀਂ 1.25 ਸਾਲ ਹੋ ਗਿਆ, ਹਲੇ 3 ਮਹੀਨੇ ਦਾ ਤੁਹਾਡੀ ਸਰਕਾਰ ਹੋਰ ਸਮਾਂ ਮੰਗ ਰਹੀ ਹੈ। ਮਾਨਯੋਗ ਹਾਈ ਕੋਰਟ ਨੇ
ਤੁਹਾਡੇ ADGP ਸਾਹਿਬ ਨੂੰ 2 ਵਾਰ ਕਟਹਿਰੇ ਦੇ ਵਿੱਚ ਖੜਾ ਕੇ ਉਹਨਾਂ ਤੋਂ ਲਈ, ਪਰੰਤੂ ਫਿਰ ਵੀ ਤੁਸੀਂ ਛਪਾ ਰਹੇ ਹੋ ਤਾਂ ਤੁਸੀਂ ਰਾਜ ਧਰਮ ਨਹੀਂ ਨਿਭਾ ਰਹੇ। ਤੁਸੀਂ ਲੋਕਾਂ ਨਾਲ ਕੀਤੇ ਹੋਏ ਵਾਅਦੇ ਨੂੰ, ਜਿਹੜੀ ਸੰਵਿਧਾਨ ਦੀ ਸਹੁੰ ਖਾਧੀ ਤੁਸੀਂ, ਉਹਨੂੰ ਸਾਰੀ ਨੂੰ ਮਿੱਟੀ 'ਚ ਮਿਲਾ ਰਹੇ ਹੋ, ਕਿਉਂਕਿ ਤੁਸੀਂ ਆਪਦੇ ਅਹੁਦੇ ਦਾ ਭੇਦ ਬਰਕਰਾਰ ਰੱਖਣੇ ਹੁੰਦੇ, ਨਾ ਤਾਂ ਤੁਸੀਂ ਉਹ ਰੱਖ ਸਕੇ, ਨਾ ਹੀ ਤੁਸੀਂ ਬਣ ਦੀ ਜ਼ਿੰਮੇਵਾਰੀ ਨਿਭਾ ਰਹੇ ਹੋ। ਤੁਹਾਨੂੰ ਇੱਕ ਦਿਨ ਰੱਬ ਦੀ ਮਾਰ ਜ਼ਰੂਰ ਪਊਗੀ। ਬਿਲਕੁਲ ਜੀ, ਪਤਾ ਨਹੀਂ ਸਾਡੇ ਨਾਲ ਤਾਂ ਕੀ ਦੁਸ਼ਮਣੀ ਸੀਗੀ, ਸਾਡੇ ਤਾਂ ਇਹ ਪਿੱਛੇ ਪੈ ਗਏ। ਪਤਾ ਨਹੀਂ ਇਹਨਾਂ ਨੂੰ ਇਹ ਲੱਗਿਆ ਵੀ ਸਿੱਧੂ ਨੇ ਸਾਡੀ ਜਿਹੜਾ ਵਿਰੋਧੀ ਪਾਰਟੀ ਨੂੰ ਅਪਣਾ ਲਿਆ, ਸ਼ਾਇਦ ਮੈਨੂੰ ਲੱਗਾ ਦੇ ਕਿਉਂਕਿ ਸਾਡਾ ਮਨ ਤਾਂ ਪਾਣੀ ਵਾਂਗੂ ਡੋਲਦਾ, ਸਾਨੂੰ ਕਿਤੇ ਲੱਗਦਾ ਅਸੀਂ ਰਾਜਸੀ ਕਾਂਗਰਸ ਨੂੰ ਜੁਆਇਨ ਕਰ ਲਿਆ ਤਾਂ ਕਰਕੇ ਉੱਧਰ ਚਲਾ ਗਿਆ। ਪਤਾ ਨਹੀਂ ਇਹਨਾਂ ਨੂੰ ਇਹ ਲੱਗਿਆ ਵੀ ਜੇ ਬੰਦਾ ਜਿੰਦਾ ਰਿਹਾ ਤਾਂ ਕਰੋੜਾਂ ਲੋਕ ਇਹਨੂੰ ਸੁਣਦੇ ਨੇ, ਤਾਂ ਕਿਉਂ ਨਾ ਇਹਨੂੰ ਖਤਮ ਕਰਵਾ ਦਿੱਤਾ ਜਾਵੇ, ਮੈਨੂੰ ਮਨਸ਼ਾ ਕੁਛ ਇਸ ਤਰ੍ਹਾਂ ਦੀ ਲੱਗਦੀ ਹੈ। ਨਹੀਂ ਤਾਂ ਬਲਤੇਜ ਪੰਨੂ ਵਰਗਿਆਂ ਦੇ ਅਸੀਂ 22 ਨੇਮ ਵੀ ਸ਼ਿਕਾਇਤਾਂ ਮੁੱਖ ਮੰਤਰੀ ਸਾਹਿਬ ਨੂੰ ਦੇ ਕੇ ਆ ਗਏ, ਕਿਸੇ ਇੱਕ ਕਲਰਕ ਦੇ ਖਿਲਾਫ ਵੀ ਇਹਨਾਂ ਨੇ ਜਵਾਬ ਤਲਬੀ ਨਹੀਂ ਕੀਤੀ ਅੱਜ ਤੱਕ। ਤਾਂ ਇਹ ਕੋਈ ਰਾਜ ਧਰਮ ਥੋੜ੍ਹਾ ਹੁੰਦਾ ਵੀ ਕੋਈ ਬੰਦਾ ਕੰਪਲੇਂਟ ਕਰਦਾ, ਬੇਸ਼ੱਕ ਕੰਪਲੇਂਟ ਝੂਠੀ ਵੀ ਹੋਵੇ, ਪੜਤਾਲ ਤਾਂ ਉਹਦੀ ਵੀ ਹੁੰਦੀ ਹੈ, ਪਰੰਤੂ ਇਹਦਾ ਚਿੱਟੇ ਦਿਨ ਵਰਗੀ ਸਾਫ਼ ਗੱਲ ਹੈ, ਸਾਰੀ ਦੁਨੀਆ ਨੂੰ ਪਤਾ ਹੈ। ਮਤਲਬ ਇਸ ਗੱਲ ਨੂੰ ਲੈ ਕੇ ਸਮੁੱਚੇ ਵਿਸ਼ਵ ਦੇ ਵਿੱਚ ਜਿਹੜੀ ਸਰਕਾਰ ਦੀ, ਦੋਵਾਂ ਦੀ, ਮੈਂ ਸੈਂਟਰ ਦੀ ਵੀ ਕਹੂੰਗਾ ਨਾਲ, ਸੈਂਟਰ ਦੀ ਵੀ ਬਰਾਬਰ ਦੀ ਗਲਤੀ ਹੈ। ਇੱਕ ਮੇਰਾ 29 ਸਾਲ ਦਾ ਪੁੱਤ ਹੈ ਜਿਹੜਾ ਉਹ ਮਾਰ ਕੇ ਖਪਾ ਦਿੱਤਾ ਜਾਂਦਾ ਹੈ, ਉਹਦੀ ਕੋਈ ਅਪੀਲ ਦਲੀਲ ਨਹੀਂ, ਪਰੰਤੂ ਇੱਕ ਮੇਰਾ ਘੰਟੇ ਦਾ ਬੱਚਾ ਹੈ ਜਿਹੜਾ ਹਲੇ 15 ਮਿੰਟ ਦੁਨੀਆ 'ਤੇ ਆਏ ਨੂੰ ਹੋਏ ਸੀ, ਅਤੇ ਉਹਦੇ ਨੋਟਸ ਸਾਡੇ ਹਸਪਤਾਲ ਪਹੁੰਚ ਗਏ ਸੀ। ਇਹਦੇ ਪਿੱਛੇ ਮੈਂ ਦੋਨਾਂ ਲਈ ਸੈਂਟਰ ਅਤੇ ਸਟੇਟ ਦੀ ਮਾਨਸਿਕਤਾ ਅਤੇ ਇੱਕ ਮੈਨੂੰ ਤਰਸ ਆਉਂਦਾ ਵੀ ਪਰਮਾਤਮਾ ਹੀ ਤੁਹਾਨੂੰ ਕੁਛ ਮਤ ਬਖਸ਼ੇ, ਤਾਂ ਜੋ ਸਾਡੇ ਬਲਜੀਤ ਜੀ ਜਿਹੜੀ ਜਨਤਾ ਜਨਾਰਦਨ ਹੈ ਇਹਦੇ ਨਾਲ ਇਨਸਾਫ਼ ਦੀ ਗੱਲ ਕਰ ਸਕਦੇ।